ਐਕਟਰ ਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬੈਠ ਜਾਓ ਮੇਰਾ ਵੀਰ, ਸਾਰੇ ਜਣੇ ਬੈਠ ਜਾਓ। ਮਨਜੀਤ ਸਿੰਘ ਰਾਉਣੀ ਜੀ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਆਪਾਂ ਨੂੰ ਕਿਸਾਨ ਵਿਰੋਧੀ ਨੇ, ਪਰ ਮੈਂ ਕਹਿੰਦਾ ਆਪਾਂ ਨੂੰ ਸਮਾਜ ਵਿਰੋਧੀ ਨੇ। ਸਾਡਾ ਸਮਾਜ ਵਿੱਚ ਚਾਹੇ ਕੋਈ ਛੋਟੀ ਦੁਕਾਨਦਾਰੀ ਹੈ, ਚਾਹੇ ਕੋਈ ਛੋਟਾ ਕਾਰੋਬਾਰ ਹੈ, ਚਾਹੇ ਕੋਈ ਬੇਗ ਮਹੀਨਾ ਬੰਦਾ, ਸਾਰੇ ਬੰਦਿਆਂ ਦੇ ਇਸ ਕਾਨੂੰਨ ਦਾ ਅਸਰ ਹੋਣਾ। ਸਾਰਾ ਲੜਾਈ ਐਸੀ ਲੜਾਈ ਨਾਲ ਕੱਢ ਕੇ ਲੜਨੀ ਪੈਣੀ ਹੈ। ਆਪਾਂ ਘਰਾਂ ਚੋਂ ਨਿਕਲੇ ਹਾਂ, ਅੱਜ ਵੀ ਸਾਡਾ ਕਿਲਾ ਕਰਨ ਦਾ ਕਾਫਲਾ ਪਹਿਲਾਂ ਅਸੀਂ ਰੋਪੜ ਗਏ ਸੀ, ਰੋਪੜ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਪਿੰਡਾਂ ਚੋਂ ਕੇ ਤੁਹਾਡੇ ਤੱਕ ਪਹੁੰਚੇ ਹਾਂ। ਸੋ ਮੇਰੇ ਸਾਥੀਓ, ਇਹ ਲੜਾਈ ਆਮ ਤੌਰ ਦੀ ਲੜਾਈ ਹੈ, ਇਹ ਪਿੱਛੇ ਹਟਣ ਵਾਲੀ ਲੜਾਈ ਨਹੀਂ। ਇਹ ਨਾ ਕਿਹਾ ਕਿ ਕਲਾਕਾਰ ਫਿਲਮਾਂ 'ਚ ਕੰਮ ਕਰਦੇ ਨੇ, ਟੈਲੀਵਿਜ਼ਨ 'ਤੇ ਕੰਮ ਕਰਦੇ ਨੇ, ਕੋਈ ਫੋਟੋ ਖਿਚਾਉਣੀਆਂ ਤੁਹਾਡੇ ਨਾਲ ਡੱਟ ਕੇ ਖੜੇ ਹਾਂ। ਜਿਹੜੀ ਗੋਲੀ ਤੁਹਾਡੇ ਵੱਲ ਲੱਗਦੀ ਪਹਿਲਾਂ ਸਾਡੇ ਸੀਨੇ 'ਚ ਲੱਗੂਗੀ। ਜਿਸਾ ਵੀ ਸਾਨੂੰ ਪੈਸਾ ਪਤਾ ਤੁਹਾਡੇ ਨਾਮ ਰੱਖੇ ਆ। ਸਾਡੇ ਨਾਲ ਪੰਜਾਬ ਦੀ ਧੀ ਅਨਮੋਲ ਗਗਨਮਾਨ ਬੈਠੀ ਹੈ, ਸ਼ੋਰ ਤੇਰੇ ਧੀਏ, ਸ਼ੋਰ ਤੇਰੇ ਪੁੱਤਰੀ ਹੈ, ਤੂੰ ਆਪਣੇ ਲੋਕਾਂ ਦੇ ਨਾਲ ਖੜੀ ਹੈ। ਕੋਈ ਵੀ ਕਲਾਕਾਰ ਕਿਸੇ ਫੈਕਟਰੀ 'ਚ ਨਹੀਂ ਬਣਦਾ, ਕੋਈ ਕਲਾਕਾਰ ਕਿਸੇ ਫੈਕਟਰੀ 'ਚ ਨਹੀਂ ਬਣਦਾ। ਕਲਾਕਾਰਾਂ ਨੂੰ ਤੁਸੀਂ ਬਣਾਉਣੇ ਹੋ, ਤੁਸੀਂ ਹੱਲਾ ਸ਼ਿੰਦ ਕਰਨੇ ਹੋ, ਤੁਸੀਂ ਕਹਿੰਦੇ ਹੋ ਕਲਾਕਾਰ ਆ, ਤਾਂ ਸਾਨੂੰ ਲੋਕ ਕਲਾਕਾਰ ਮੰਨਣ ਲੱਗੇ। ਅੱਜ ਸਾਡੇ ਲੋਕਾਂ ਦੇ ਭੀੜ ਹੈ, ਸਾਡੇ 80-80 ਸਾਲਾਂ ਦੇ ਬਜ਼ੁਰਗ, 70 ਸਾਲਾਂ ਦੇ ਬਜ਼ੁਰਗਾਂ ਦੀਆਂ ਬਾਹਰ ਦੀਆਂ ਸੜਕਾਂ ਚਲਵਾਈਆਂ ਜਾ ਰਹੀਆਂ, ਇਹ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਪੰਜਾਬੀ ਲੋਕ ਆਪਣੀ ਅਣਖ ਲਈ ਮੰਗਦੇ ਹਾਂ ਕਿ ਤੁਸੀਂ ਸੜਕਾਂ ਤੇ ਆਵਾਰਾਗਰਦੀ ਕਰਨ ਵਾਲੇ ਆ। ਮੈਂ ਉਸ ਮੋਦੀ ਸਰਕਾਰ ਨੂੰ ਪੁੱਛਦੀ ਹਾਂ ਕਿ ਤੁਸੀਂ ਬੱਚਿਆਂ ਦੇ ਹੱਥਾਂ 'ਚ ਰੁਜ਼ਗਾਰ ਦਿਓ, ਤੁਸੀਂ ਬੱਚਿਆਂ ਦੀ ਪੜ੍ਹਾਈ ਦਾ ਫੁੱਲ ਮਿਲੋ, ਤੁਸੀਂ ਸਾਡੀਆਂ ਬੱਚੀਆਂ ਨੂੰ ਸੜਕਾਂ ਤੇ ਕਿਉਂ ਆਉਣ ਦਿੰਦੇ ਹੋ? ਅੱਜ ਉਸ ਮੋਦੀ ਸਰਕਾਰ ਨੇ ਸਾਨੂੰ ਸੜਕਾਂ ਤੇ ਆਉਣ ਲਈ ਮਜ਼ਬੂਰ ਕਰ ਦਿੱਤਾ। ਕਦੇ ਵੀ ਸਾਨੂੰ ਕਲਾਕਾਰ ਨੂੰ ਆਪਣੇ ਤੋਂ ਵੱਖ ਕਦੇ ਵੀ ਨਹੀਂ ਰੱਖਣਾ ਤੁਸੀਂ, ਕਿਉਂਕਿ ਅਸੀਂ ਤੁਹਾਡੇ ਘਰਾਂ ਵਿੱਚ ਜੰਮੇ ਪਏ ਆ। ਕੋਈ ਵੀ ਕਲਾਕਾਰ ਕਦੇ ਕਿਸੇ ਫੈਕਟਰੀ 'ਚੋਂ ਪੈਦਾ ਨਹੀਂ ਹੁੰਦਾ, ਤੁਸੀਂ ਲੋਕਾਂ ਨੇ ਸਾਨੂੰ ਕਲਾਕਾਰ ਬਣਾਇਆ। ਤੁਹਾਡਾ ਦੁੱਖ ਸਾਡਾ ਦੁੱਖ ਹੈ। ਜੇ ਅੱਜ ਕਿਸਾਨੀ ਲਾ ਰਹੀ ਹੈ, ਜੇ ਅੱਜ ਮਜ਼ਦੂਰ ਮਾਰ ਰਿਹਾ, ਜੇ ਅੱਜ ਸਾਡਾ ਸਮਾਜ ਨਰਕਾਂ ਤੱਕ ਧੱਕਿਆ ਜਾ ਰਿਹਾ ਹੈ, ਤਾਂ ਸਾਡੇ ਜਿਹੜੇ ਕਲਾਕਾਰ ਅਸੀਂ ਭੇੜਦਾ, ਅਸੀਂ ਕਿੱਥੇ ਜਾਣ ਲੱਗੇ ਹਾਂ? ਸਾਨੂੰ ਤੁਸੀਂ ਤਾਂ ਹੀ ਮਿਲ ਸਕਦੇ ਹੋ, ਤਾਂ ਹੀ ਦੇਖ ਸਕਦੇ ਹੋ। ਅਸੀਂ ਆਪਣੀ ਕਲਾ ਤਾਂ ਹੀ ਤੁਹਾਡੇ ਅੱਗੇ ਪੇਸ਼ ਕਰ ਸਕਦੇ ਹਾਂ। ਜੇ ਅਸੀਂ ਖੁਸ਼ ਹਾਂ, ਤੁਸੀਂ ਸਾਰੇ ਲੋਕ ਖੁਸ਼ ਹੋ। ਮੈਂ ਅੱਜ